ਨੀਤੀ ਅੱਜ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਮੇਲ ਮਿਲਾਪ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਿੱਤੜ ਅਤੇ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਥੋਂ ਦੇ ਸਰਪੰਚ ਨੂਰਦੀਪ ਜੀ ਨਾਲ ਆਓ ਜਾਣਦੇ ਹਾਂ ਇਸ ਪਿੰਡ ਦੀ ਕਹਾਣੀ ਸਰਪੰਚ ਸਾਹਿਬ ਦੇ ਜ਼ੁਬਾਨੀ ਸਤਿ ਸ਼੍ਰੀ ਅਕਾਲ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਤੁਹਾਡਾ ਸਰਪੰਚੀ ਲਾਈਨ ਵਿੱਚ ਆਉਣਾ ਕਿੱਦਾਂ ਹੋਇਆ ਬਸ ਮੈਡਮ ਇਹ ਚੰਦ ਗੱਲਾਂ ਹੀ ਹੈ ਅਸੀਂ ਟੂਰਨਾਮੈਂਟ ਕਰਾਉਂਦੇ ਸੀ ਪਿੰਡ ਦੇ ਵਿੱਚ ਬਸ ਉਸ ਲਾ ਛੋਟੇ ਛੋਟੇ ਟੂਰਨਾਮੈਂਟਾਂ ਤੋਂ ਬਾਅਦ ਬਸ ਐਤਕੀ ਲੋਕਾਂ ਨੇ ਇਸ ਲਾਈਨ ਦੇ ਵਿੱਚ ਆਉਣ ਲਈ ਕਹਿਤਾ ਵੀ ਤੁਸੀਂ ਭਾਈ ਸਰਪੰਚ ਤੁਹਾਨੂੰ ਬਣਾਉਣਾ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਬਸ ਸਰਪੰਚ ਬਣ ਗਏ ਸਰ ਤੁਹਾਨੂੰ 1.5 ਸਾਲ ਹੋ ਗਿਆ ਸਰਪੰਚੀ ਲਾਈਨ ਵਿੱਚ ਆਏ ਹੋਏ ਇਸ ਦੌਰਾਨ ਤੁਸੀਂ ਆਪਦੇ ਪਿੰਡ ਦੇ ਵਿਕਾਸ ਲਈ ਕੀ ਕੁਝ ਕੀਤਾ ਪਿੰਡ ਦੇ ਸਾਡੇ ਕਾਫੀ ਕੰਮ ਸੀਗੇ ਮੈਡਮ ਇੱਕ ਤਾਂ ਸਾਡੇ ਪਿੰਡ ਦਾ ਸ਼ਮਸ਼ਾਨ ਘਾਟ ਸੀ ਜਿਹੜੀ ਉਹਦੀ ਕਾਫੀ ਹਾਲਤ ਮਾੜੀ ਸੀ ਉਹਨੂੰ ਅਸੀਂ ਵਧੀਆ ਇੱਕ ਪਾਰਕ ਦੇ ਰੂਪ ਦੇ ਵਿੱਚ ਹੁਣ ਤਿਆਰ ਕਰ ਰਹੇ ਹਾਂ ਕੁਛ ਤਾਂ ਤਿਆਰ ਹੋ ਗਿਆ ਬਸ ਥੋੜਾ ਬਹੁਤਾ ਰਹਿੰਦਾ ਉਹਦਾ ਕੰਮ ਚੱਲੀ ਜਾਂਦਾ ਸਕੂਲ ਦੀ ਚਾਰ ਦੀਵਾਰੀ ਸੀ ਉਹ ਅਸੀਂ ਕੰਪਲੀਟ ਕਰ ਚੁੱਕੇ ਹਾਂ ਤੇ ਦੋ ਚਾਰ ਪਿੰਡ ਦੀਆਂ ਜਿਹੜੀਆਂ ਗਲੀਆਂ ਸੀ ਜਿੱਥੇ ਪਾਣੀ ਭਰ ਜਾਂਦਾ ਸੀ ਇੱਕ ਜਿਹੜੇ ਤੁਸੀਂ ਆ ਮੇਨ ਰਸਤੇ ਆਏ ਹੋ ਇਹ ਵੀ ਮਤਲਬ ਗਲੀਆਂ ਨਾਲੀਆਂ ਤੋਂ ਬਿਨਾਂ ਅਸੀਂ ਜ਼ਿਆਦਾ ਸਕੂਲ ਤੇ ਧਿਆਨ ਦੇ ਰਹੇ ਹਾਂ ਵੀ ਉਹਦਾ ਜਿਹੜਾ ਹਾਲਤ ਸੀ ਚਾਰ ਦੀਵਾਰੀ ਉੱਥੇ ਕੋਈ ਸਹੀ ਤਰੀਕੇ ਨਾਲ ਬੱਚਿਆਂ ਦਾ ਮਤਲਬ ਔਖਾ ਸੀਗਾ ਦੂਰੋਂ ਨੇੜੇ ਬੱਚੇ ਆਉਂਦੇ ਆ ਸਾਡੇ ਤੇ ਉਹ ਚਾਰ ਦੀਵਾਰੀ ਕਰਕੇ ਜਿਹੜੇ ਵੀ ਕੋਈ ਇੱਕ ਦੋ ਉੱਥੇ ਕਮਰੇ ਬਣਾਉਣ ਵਾਲੇ ਆ ਉਧਰਲੇ ਪਾਸੇ ਹੁਣ ਅਸੀਂ ਲੱਗੇ ਹੋਏ ਹਾਂ ਸਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਕੋਰੋਨਾ ਮਹਾਮਾਰੀ ਨਾਮ ਦੀ ਬਿਮਾਰੀ ਜੋ 3 ਮਹੀਨੇ ਹੋ ਗਿਆ ਫੈਲੀ ਹੋਈ ਹੋ ਇਸ ਦੌਰਾਨ ਤੁਸੀਂ ਆਪਦੇ ਪਿੰਡ ਦੇ ਲੋਕਾਂ ਨੂੰ ਕੀ ਕੁਝ ਪ੍ਰੋਵਾਈਡ ਕੀਤਾ ਪਿੰਡ ਦੇ ਵਿੱਚ ਅਸੀਂ ਪਹਿਲਾਂ ਮੈਡਮ ਜਦੋਂ ਇਹ ਲੋਕਡਾਊਨ ਹੋਇਆ ਤੇ ਉਦੋਂ ਅਸੀਂ ਸ਼ੁਰੂ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਸੈਨੇਟਾਈਜ਼ ਕਰਕੇ ਆਪ ਖੁਦ ਨਾਲ ਰੱਖ ਕੇ ਘਰ ਘਰ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਸਮਝਾਇਆ ਵੀ ਆਪਾਂ ਬਿਨਾਂ ਕੰਮ ਤੋਂ ਘਰੋਂ ਬਾਹਰ ਨਹੀਂ ਨਿਕਲਣਾ ਤੇ ਨਾ ਹੀ ਨੇੜੇ ਕਿਤੇ ਦੂਰ ਜਾਣ ਦੀ ਕੋਸ਼ਿਸ਼ ਕਰਨੀ ਲੋਕ ਸਿਆਣੇ ਹੈ ਲੋਕਾਂ ਨੂੰ ਸਮਝ ਹੈ ਇਸ ਕਰਕੇ ਬਿਨਾਂ ਕੰਮ ਤੋਂ ਕੋਈ ਸਾਡੇ ਬਾਹਰ ਜਾਂਦਾ ਵੀ ਨਹੀਂ ਘਰੋਂ ਖੇਤ ਖੇਤੋਂ ਘਰੇ ਤੇ ਬਾਕੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਗੁਰੂ ਘਰ ਦੇ ਵਿੱਚ ਸੁਬਹਾ ਸ਼ਾਮ ਅਸੀਂ ਅਲੋਸਮੈਂਟ ਕਰਾਉਂਦੇ ਰਹਿੰਦੇ ਹਾਂ ਵੀ ਵਾਰ ਵਾਰ ਜਦੋਂ ਘਰੇ ਆਉਣਾ ਥੰਮ ਧੋਵੋ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ ਇਸ ਤਰ੍ਹਾਂ ਸਾਡੇ ਗੁਰੂ ਆਪਣੇ ਗੁਰੂ ਘਰ ਦੇ ਵਿੱਚ ਜੋ ਗ੍ਰੰਥ ਸਾਹਿਬ ਆ ਉਹ ਵੀ ਸੁਬਹਾ ਸ਼ਾਮ ਅਲੋਸਮੈਂਟ ਕਰਦੇ ਰਹਿੰਦੇ ਸਰ ਤੁਹਾਡੇ ਪਿੰਡ ਦਾ ਸਿੱਖਿਆ ਪੱਧਰ ਕੀ ਹੈ ਸਾਡੇ ਪਿੰਡ ਦੇ ਵਿੱਚ ਹਾਈ ਸਕੂਲ ਹੈ ਜੀ ਇੱਕ ਪ੍ਰਾਇਮਰੀ ਸਕੂਲ ਹੈ ਇੱਕ ਹਾਈ ਸਕੂਲ ਹੈ ਤੇ ਉੱਥੇ ਮੰਨ ਲਓ ਨੇੜੇ ਨੇੜੇ ਦੋ ਤਿੰਨ ਪਿੰਡਾਂ ਦੇ ਆ ਕੇ ਬੱਚੇ ਪੜ੍ਹਦੇ ਤਕਰੀਬਨ ਸਾਡੇ ਹਾਈ ਸਕੂਲ ਦੇ ਵਿੱਚ 200 ਬੱਚਾ ਹੈ ਜੀ ਤੇ ਪ੍ਰਾਇਮਰੀ ਸਕੂਲ ਦੇ ਵਿੱਚ ਹੈਗੇ ਹੈ 160-170 ਬੱਚੇ ਸਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਨਸ਼ਾ ਜੋ ਅੱਜ ਕੱਲ੍ਹ ਦੇ ਜੋ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਤੇ ਇਸ ਦੇ ਦੌਰਾਨ ਤੁਹਾਡੇ ਪਿੰਡ ਵਿੱਚ ਨਸ਼ੇ ਦੀ ਕੀ ਸਥਿਤੀ ਹੈ ਮੈਨੂੰ ਪਹਿਲਾਂ ਕਾਫੀ ਸਾਡੇ ਪਿੰਡ ਦੇ ਵਿੱਚ ਨਸ਼ੇ ਦੀ ਇਹ ਮਾਰ ਸੀਗੀ ਜਦੋਂ ਦੀ ਸਰਕਾਰ ਬਦਲੀ ਹੈ ਤੇ ਉਦੋਂ ਤੋਂ ਸਾਡੇ ਪਿੰਡ ਦੇ ਵਿੱਚ ਤੁਸੀਂ ਜਦੋਂ ਕਿਸੇ ਵੀ ਵਿਅਕਤੀ ਨੂੰ ਪੁੱਛ ਲਓ ਬਾਕੀ ਸਭ ਤੋਂ ਪੰਚਾਇਤ ਦਾ ਹੀ ਸਾਡੇ ਸਪੈਸ਼ਲੀ ਲਿਖ ਕੇ ਅਸੀਂ ਅਲੋਸਮੈਂਟ ਕਰੀ ਸੀ ਜਦੋਂ ਸਰਪੰਚ ਬਣੇ ਸੀਗੇ ਵੀ ਜੇ ਕੋਈ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਤਾਂ ਸਾਡੇ ਪਿੰਡ ਦਾ ਕੋਈ ਬੰਦਾ ਉਹਦੀ ਜ਼ਮਾਨਤ ਨਹੀਂ ਕਰਾਉਂਦਾ ਜੀ ਤੇ ਉਦੋਂ ਦਾ ਹੀ ਤਕਰੀਬਨ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਸੁਧਾਰ ਹੈ ਹੁਣ ਨਾ ਹੀ ਕੋਈ ਇਸ ਪਿੰਡ ਦੇ ਵਿੱਚ ਕੋਈ ਬੱਚਾ ਨਸ਼ਾ ਕਰਦਾ ਪਹਿਲਾਂ ਕਰਦੇ ਸੀ 2-4 ਪਰ ਜਦੋਂ ਅਸੀਂ ਇਹ ਅਲੋਸਮੈਂਟ ਕਰਵਾਤੀ ਸੀ ਉਦੋਂ ਬਾਅਦ ਤਕਰੀਬਨ ਕੋਈ ਬੱਚਾ ਇਹੋ ਜਿਹਾ ਹੈ ਨਹੀਂ ਜਿਹੜਾ ਕੋਈ ਇਸ ਲਾਈਨ ਦੇ ਵਿੱਚ ਹੋ ਗਈ ਸਰ ਤੁਸੀਂ ਆਉਣ ਵਾਲੇ ਟਾਈਮ ਵਿੱਚ ਆਪਦੇ ਪਿੰਡ ਨੂੰ ਕਿਸ ਰੂਪ ਵਿੱਚ ਦੇਖਣਾ ਚਾਹੁੰਦੇ ਹੋ ਆਉਣ ਵਾਲੇ ਟਾਈਮ ਵਿੱਚ ਅਸੀਂ ਇਹੀ ਦੇਖਣਾ ਚਾਹੁੰਦੇ ਹਾਂ ਜੀ ਵੀ ਸਾਡਾ ਜਿਹੜਾ ਪਿੰਡ ਆ ਉਹ ਸੋਹਣਾ ਬਣ ਕੇ ਪੂਰਾ ਕੋਸ਼ਿਸ਼ ਕੀਤੀ ਹੈ ਅਸੀਂ ਹੁਣ MLA ਸਾਹਿਬ ਨਾਲ ਵੀ ਸਾਡੀ ਗੱਲਬਾਤ ਹੋਈ ਸੀ ਵੀ ਇਸ ਨੂੰ ਇੱਕ ਸਮਾਰਟ ਪਿੰਡ ਦੇ ਰੂਪ ਦੇ ਵਿੱਚ ਅਸੀਂ ਦੇਖ ਗਏ ਪਿੰਡ ਦੇ ਵਿੱਚ ਸਾਰੇ ਸਾਡਾ ਇਹ ਹੈ ਜੀ ਅਸੀਂ ਸਟਰੀਟ ਲਾਈਟਾਂ ਮੋੜਾਂ ਦੇ ਉੱਤੇ ਸ਼ੀਸ਼ੇ ਵਗੈਰਾ ਤੇ ਬੂਟੇ ਲਾਉਣ ਦਾ ਕੰਮ ਅਸੀਂ ਸ਼ੁਰੂ ਕਰਤਾ ਹੈ ਸਾਡੇ ਪਹਿਲਾਂ ਟ੍ਰੀ ਗਾਰਡ ਨਹੀਂ ਸੀ ਮਿਲੇ ਸਾਨੂੰ ਉਹ ਹੁਣ MLA ਸਾਹਿਬ ਜੀ ਦੇ ਹੁਕਮ ਸਦਕਾ ਸਾਡੇ ਪਿੰਡ ਨੂੰ 400-500 ਟ੍ਰੀ ਗਾਰਡ ਮਿਲ ਗਿਆ ਤੇ ਅਸੀਂ ਹੁਣ ਉਹ ਦਰਖਤ ਲਾ ਕੇ ਟ੍ਰੀ ਗਾਰਡ ਉਹਨਾਂ ਦੇ ਉੱਤੇ ਫਿੱਟ ਕਰਕੇ ਉਦੋਂ ਅਗਲਾ ਕਦਮ ਸਾਡਾ ਇਹੀ ਹੈ ਵੀ ਅਸੀਂ ਮੁੜ ਕੇ ਲਾਈਟਾਂ ਪਿੰਡ ਦੇ 4 ਸਵੇਰੇ ਲਾਈਟਾਂ ਲਾਉਣਗੇ
ਸਰ ਤੁਸੀਂ ਸਾਡੇ ਚੈਨਲ ਦੁਆਰਾ ਆਪਦੇ ਪਿੰਡ ਦੇ ਲੋਕਾਂ ਤੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਤਾਂ ਬਸ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ ਵੀ ਜਿਸ ਤਰ੍ਹਾਂ ਤੁਸੀਂ ਵਿਸ਼ਵਾਸ ਕਰਕੇ ਮੈਨੂੰ ਆਪਣੀ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਇਹਨਾਂ ਦਾ ਵਿਸ਼ਵਾਸ ਬਰਕਰਾਰ ਰੱਖੂੰਗਾ ਤੇ ਇਹੀ ਇਹਨਾਂ ਨੂੰ ਸੰਦੇਸ਼ ਆ ਵੀ ਨਸ਼ੇ ਤੋਂ ਦੂਰ ਰਹਿਣ ਤੇ ਕੋਰੋਨਾ ਦੀ ਇਹ ਜਿਹੜੀ ਮਹਾਮਾਰੀ ਚੱਲ ਰਹੀ ਹੈ ਇਹਦੇ ਲਈ ਆਪਣੇ ਪਰਿਵਾਰਾਂ ਨੂੰ ਆਪਣੇ ਗੁਆਂਢੀਆਂ ਨੂੰ ਸੁਚੇਤ ਕਰਕੇ ਰੱਖਣ ਤੇ ਇਹ ਤੋਂ ਜਿੰਨਾ ਵੀ ਹੋ ਸਕਦਾ ਬਚਾਅ ਦੇ ਪੱਖ ਤੋਂ ਇਹਨਾਂ ਨੂੰ ਸੁਝਾਅ ਦੇਣ ਵੀ ਆਪਾਂ ਇਹਨੂੰ ਕੇਸਰ ਵੱਲ ਬਚਣਾ ਤੇ ਘਰਾਂ ਤੋਂ ਬਾਹਰ ਨਾ ਨਿਕਲਣ। ਇਸੇ ਪਿੰਡ ਗਿੱਦੜ ਦੇ ਸਰਪੰਚ ਨੂਰਦੀਪ ਸਿੰਘ ਜੀ ਜਿਨ੍ਹਾਂ ਨੇ ਸਾਡੇ ਸਵਾਲਾਂ ਦੇ ਜਵਾਬ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੇ। ਇਸੇ ਤਰ੍ਹਾਂ ਤੁਹਾਨੂੰ ਮਿਲਵਾਉਂਦੇ ਰਹਾਂਗੇ ਅਲੱਗ ਅਲੱਗ ਹਸਤੀਆਂ ਦੇ ਨਾਲ। ਦੇਖਦੇ ਰਹੋ ਸਾਡਾ ਖਾਸ ਪ੍ਰੋਗਰਾਮ ਮੇਲ ਮਿਲਾਪ। ਸਤਿ ਸ੍ਰੀ ਅਕਾਲ।